ਕਿਸੇ ਦਾ ਹੱਕ ਮਾਰਨਾ, ਕਿਸੇ ਤਲ ਤੇ ਵੀ ਕਿਸੇ ਨੂੰ ਚੋਟ ਪਹੁੰਚਾਉਣੀ, ਜਾਂ ਛੋਟੀ ਹੈ ਜਾਂ ਬੁਰੀ, ਜੋ ਹੈ ਵੱਡੀ ਹੈ, ਬੁਰਾ ਹੀ ਕਰਮ ਹੈ। ਆਰਥਿਕ ਚੋਟ ਪਹੁੰਚਾਉਣੀ, ਸਮਾਜਿਕ ਚੋਟ ਪਹੁੰਚਾਉਣੀ, ਸਰੀਰਕ ਚੋਟ ਪਹੁੰਚਾਉਣੀ, ਪਰ ਦੂਜੇ ਨੂੰ ਚੋਟ ਪਹੁੰਚਾ ਕੇ ਮਨੁੱਖ ਖੁਸ਼ ਹੁੰਦਾ ਹੈ, ਆਪਣੇ ਨੂੰ ਚੋਟ ਪਹੁੰਚੇ ਤੇ ਦੁਖੀ ਹੁੰਦਾ ਹੈ, ਦੁਖੀ ਹੁੰਦਾ। ਤਾਂ ਬੁਰਾ ਕਰਮ ਤੇ ਜਗਤ ਵਿੱਚ ਵੱਧਦਾ ਜਾ ਰਿਹਾ ਹੈ, ਸਾਰੇ ਜਗਤ ਵਿੱਚ ਦੁੱਖ ਵੱਧਦਾ ਜਾ ਰਿਹਾ ਹੈ, ਦੁੱਖ ਵੱਧਦਾ ਜਾ ਰਿਹਾ। ਮਨੁੱਖ ਛੋਟੀ ਛੋਟੀ ਥਾਂ ਤੇ ਸਾਵਧਾਨ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ, ਸਾਵਧਾਨ ਹੋ ਨਰ ਅਚੇਤ, ਪਾਪ ਤੇ ਡਰ ਰਹੇ। ਆਮ ਸੱਜਣਾ ਨੂੰ ਇਸ ਪੰਕਤੀ ਨੂੰ ਵੀ ਪੜ੍ਹਨ ਵਿੱਚ ਮੁਗਲਤਾ ਲੱਗ ਜਾਂਦਾ ਹੈ, ਬਈ ਅਚੇਤ ਪਾਪ ਤੋਂ ਡਰ। ਪਾਪ ਕਿੱਥੇ ਅਚੇਤ ਹੋਵੇਗਾ? ਕਰਤਾ ਪਾਪ ਦਾ ਕੌਣ ਹੈ? ਅਸੀਂ ਹਾਂ। ਉਹਨੂੰ ਆਖਿਆ ਜਾ ਰਿਹਾ, ਇਹ ਅਚੇਤ ਮਨੁੱਖ ਪਾਪ ਤੋਂ ਡਰ, ਨਰ ਅਚੇਤ, ਹੇ ਅਚੇਤ ਬੰਦੇ, ਹੇ ਨਾ ਸਮਝ ਬੰਦੇ, ਪਾਪ ਤੋਂ ਡਰ, ਕਿਸੇ ਨੂੰ ਚੋਟ ਨਾ ਪੁੱਛੇ। ਕਿਉਂ? ਪੁਛਾਈ ਗਈ ਚੋਟ ਕਈ ਗੁਣਾ ਵਜ਼ਨੀ ਹੋ ਕੇ ਵਾਪਸ ਆਏਗੀ, ਤੈਨੂੰ ਲੱਗੇਗੀ। ਰੱਬੀ ਨਿਯਮ, ਦਿੱਤਾ ਲਈਏ ਆਪਣਾ ਅਣ ਦਿੱਤੇ ਕਿਚ ਹੱਥ ਨਾ ਆਵੇ। ਜੋ ਤੂੰ ਜਗਤ ਨੂੰ ਦੇ ਰਿਹਾ, ਇਹੀ ਪਲਟ ਕੇ ਵਾਪਸ ਆਏਗਾ। ਮੈਂ ਰੋ ਰਿਹਾ ਤਾਂ ਮੈਂ ਜ਼ਰੂਰ ਕਈਆਂ ਨੂੰ ਰੁਲਾਇਆ ਹੋਵੇਗਾ। ਹੋ ਗਈ ਹੈ ਮੇਰੀ ਬੇਇੱਜ਼ਤੀ, ਜ਼ਰੂਰ ਮੈਂ ਕਿਸੇ ਦੀ ਬੇਇੱਜ਼ਤੀ ਕੀਤੀ ਹੋਣੀ ਹੈ। ਇੱਥੇ ਦਿੱਤਾ ਲਈਏ ਆਪਣਾ, ਕਿੱਕਰ ਹੀ ਉੱਗ ਪਏ ਨੇ ਕੰਡੇ ਹੀ ਕੰਡੇ, ਤਾਂ ਮੈਂ ਕਿੱਕਰਾਂ ਦਾ ਹੀ ਬੀਜ ਬੋਇਆ ਹੋਵੇਗਾ। ਮਿਲ ਗਏ ਨੇ ਮੈਨੂੰ ਅੰਗੂਰ, ਤਾਂ ਮੈਂ ਜ਼ਰੂਰ ਅੰਗੂਰ ਦੀ ਸ਼ਾਖ ਲਾਈ ਹੋਵੇਗੀ, ਉਹਦਾ ਬੂਟਾ ਲਾਇਆ ਹੋਵੇਗਾ। ਬਾਬਾ ਫਰੀਦ ਕਹਿੰਦੇ ਨੇ, ਹੁਣ ਕੀ ਸਮਝਾਈਏ ਇਸ ਨੂੰ, ਲੋੜੇ ਦਾਖ ਬਿਜੌਰੀਆਂ। ਬਲੋਚਿਸਤਾਨ ਦਾ ਇਲਾਕਾ, ਬਿਜੌਰ ਦਾ ਇਲਾਕਾ, ਉੱਥੋਂ ਦੀ ਦਾਖ ਬੜੀ ਮਸ਼ਹੂਰ ਸੀ, ਉੱਥੋਂ ਦੀ ਦਾਖ ਬੜੀ ਸਵਾਦਲੀ ਕਿਸ਼ਮਿਸ਼। ਤੇ ਬਾਬਾ ਫਰੀਦ ਕਹਿੰਦੇ ਨੇ, ਮੰਗਦਾ ਤੇ ਬਿਜੌਰੀ ਦਾਖ ਹੈ, ਲੋੜੇ ਦਾਖ ਬਿਜੌਰੀਆਂ, ਪਰ ਕਿੱਕਰ ਬੀਜੇ ਜੱਟ। ਬੂਟਾ ਕਿੱਕਰ ਦਾ ਲਾਂਦਾ ਹੈ, ਮੰਗਦਾ ਬਿਜੌਰੀ ਅੰਗੂਰ ਹੈ। ਲੋੜੇ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਠ। ਕੌਣ ਦੱਸੇ? ਜੋ ਤੂੰ ਬੀਜ ਰਿਹਾ ਉਹ ਤੈਨੂੰ ਹੀ ਖਾਣਾ ਪਏਗਾ, ਆਪ ਬੀਜ ਆਪੇ ਹੀ ਖਾਏ। ਇੱਥੇ ਜਿਹਾ ਬੀਜੇ ਸੋ ਲੁਣੇ, ਕਰਮਾਂ ਸੰਦੜਾ ਖੇ। ਚਾਰ ਪੰਜ ਸਾਲ ਪਹਿਲੇ ਦੀ ਘਟਨਾ, ਅੰਮ੍ਰਿਤ ਵੇਲੇ ਸਾਊਥ ਆ ਲੰਡਨ ਦੀ ਗੱਲ। ਤਿੰਨ ਨੌਜਵਾਨ ਅੰਮ੍ਰਿਤ ਵੇਲੇ ਮੇਰੇ ਕੋਲ ਆਏ, ਇੱਕ ਮਾਸੂਮ ਬੱਚਾ ਉਹਨਾਂ ਦੀ ਗੋਦ ਸੀ, ਜਨਮ ਤੋਂ ਹੀ ਉਹਦੇ ਪੈਰ ਨਹੀਂ ਸਨ, ਹੱਥ ਨਹੀਂ ਸਨ, ਜਨਮ ਤੋਂ ਹੀ। ਔਰ ਗਜ਼ਬ ਦੀ ਗੱਲ, ਅੱਖਾਂ 'ਤੇ ਬਣੀਆਂ ਹੀ ਨਹੀਂ ਸਨ, ਐਵੇਂ ਹੀ ਮੋਹ ਸੀ।
ਅੱਖਾਂ ਤੋਂ ਬਿਨਾਂ ਮੌਤ ਸੀ ਪਰ ਜ਼ਿੰਦਾ, ਮੇਰੇ ਅੱਗੋਂ ਰੱਖਿਆ ਅੰਮ੍ਰਿਤ ਵੇਲੇ। ਮੈਂ ਵੀ ਹੈਰਾਨ, ਇਹ ਅੰਮ੍ਰਿਤ ਵੇਲੇ ਆਏ ਨੇ, ਮਾਸੂਮ ਬੱਚਾ ਮੇਰੇ ਅੱਗੋਂ ਬਿਲਕੁਲ ਡਰਾਉਣਾ ਜੀ। ਮੈਨੂੰ ਕਹਿਣ ਲੱਗੇ, ਗਿਆਨੀ ਜੀ ਤੁਹਾਡੇ ਕਰਮ ਸਿਧਾਂਤ ਨਾਲ ਅਸੀਂ ਸਹਿਮਤ ਨੇ, ਜੋ ਤੁਸੀਂ 15 ਦਿਨ ਸਿਰ ਖਪਾਈ ਕਰਦੇ ਰਹੇ ਹੋ। ਮੈਂ 15 ਦਿਨ ਕਰਮ ਫਿਲਾਸਫੀ 'ਤੇ ਬੋਲਿਆ ਸੀ। ਪਹਿਲੇ ਦੱਸੋ ਇਸ ਬੱਚੇ ਨੇ ਕੀ ਕੀਤਾ। ਅਗਰ ਇਹ ਜ਼ਿੰਦਾ ਰਿਹਾ ਜੀਵਨ ਭਰ ਦੁਖੀ ਰਹੇਗਾ, ਮਾਂ ਬਾਪ ਵੀ ਦੁਖੀ ਰਹਿਣਗੇ। ਇਸਨੇ ਕੀ ਕੀਤਾ? ਇੱਥੋਂ ਸਪਸ਼ਟ ਹੋ ਗਿਆ ਕਰਮ ਸਿਧਾਂਤ ਤੁਹਾਡਾ ਗਲਤ ਹੈ, ਕਰਮ ਫਿਲਾਸਫੀ ਨਿਰੀ ਝੂਠ ਹੈ। ਕੀ ਕੀਤਾ ਇਸਨੇ? ਮੈਂ ਕਿਹਾ ਗਜ਼ਬ ਦੀ ਗੱਲ, ਪਹਿਲੇ ਵਿਚਾਰ ਵਟਾਂਦਰਾ ਕਰਨ ਦਾ ਢੰਗ ਤੇ ਸਿੱਖੋ, ਸਵਾਲ ਵੀ ਆਪ ਕਰ ਲਿਆ, ਜਵਾਬ ਵੀ ਆਪ ਦੇ ਦਿੱਤਾ। ਵਿਚਾਰ ਵਟਾਂਦਰਾ ਇਹ ਆਉਂਦਾ, ਆਪਣੇ ਵਿਚਾਰ ਰੱਖਣੇ, ਦੂਜੇ ਦੇ ਵਿਚਾਰ ਸੁਣਨੇ। ਤੁਸੀਂ ਤੇ ਸਵਾਲ ਵੀ ਖੁਦ ਕਰ ਦਿੱਤਾ ਤੇ ਜਵਾਬ ਵੀ ਖੁਦ ਲੈ ਦਿੱਤਾ। ਇਸਨੇ ਕੀ ਕੀਤਾ? ਕੁਛ ਵੀ ਨਹੀਂ ਕੀਤਾ। ਲਿਹਾਜ਼ਾ ਕਰਮ ਸਿਧਾਂਤ ਗਲਤ। ਮੈਂ ਕਿਹਾ ਗੱਲ ਸੁਣੋ, ਕਰਮ ਮਨੁੱਖ ਮਰਦੇ ਦਮ ਤੱਕ ਕਰਦਾ ਹੈ। ਰੋਜ਼ ਰੋਜ਼ ਜੀਵਨ ਦਾ ਚੋਲਾ ਛੋਟਾ ਹੁੰਦਾ ਜਾ ਰਿਹਾ ਹੈ, ਰੋਜ਼ ਰੋਜ਼ ਕਰਮਾਂ ਦੀ ਖੇਤੀ ਵੱਡੀ ਹੁੰਦੀ ਜਾ ਰਹੀ ਹੈ, ਵੱਡੀ ਹੁੰਦੀ ਜਾ ਰਹੀ ਹੈ। ਧਰਤੀ ਕਰਮਾਂ ਦੀ ਵੱਡੀ ਹੁੰਦੀ ਜਾ ਰਹੀ ਹੈ, ਬੋਏ ਹੋਏ ਬੀਜ ਜ਼ਿਆਦਾ ਹੁੰਦੇ ਜਾ ਰਹੇ। ਕੁਛ ਅਸੀਂ ਖਾਈ ਜਾ ਰਹੇ ਹਾਂ, ਫਿਰ ਵੀ ਫਸਲ ਵੱਧਦੀ ਜਾ ਰਹੀ ਹੈ। ਇੱਕ ਦਿਨ ਚੋਲਾ ਮੁੱਕ ਜਾਂਦਾ ਹੈ, ਬੀਜੇ ਹੋਏ ਬੀਜ ਰਹਿ ਜਾਂਦੇ ਨੇ। ਉਹ ਜੋ ਬੀਜੇ ਹੋਏ ਬੀਜ ਰਹਿ ਜਾਂਦੇ ਨੇ, ਉਹਨਾਂ ਹੀ ਕੀਤੇ ਕਰਮਾਂ ਕਰਕੇ ਕਰਮੀ ਆਵੇ ਕੱਪੜਾ, ਫਿਰ ਕੱਪੜਾ ਮਿਲਦਾ, ਫਿਰ ਚੋਲਾ ਮਿਲਦਾ। ਮੈਂ ਕਿਹਾ ਕੁਝ ਬੋਏ ਹੋਏ ਬੀਜ ਰਹਿ ਗਏ ਸਨ, ਇਸਨੇ ਨਹੀਂ ਭੋਗੇ ਹੋਣੇ, ਹੁਣ ਭੋਗੇਗਾ, ਹੁਣ ਭੋਗੇਗਾ। ਬੱਚਾ ਚੁੱਕ ਲਿਆ, ਕਹਿਣ ਲੱਗੇ ਬੜੇ ਕਠੋਰ ਵਚਨ ਨੇ ਤੁਹਾਡੇ। ਮੈਂ ਕਿਹਾ ਨਹੀਂ, ਪ੍ਰਭੂ ਦਾ ਨਹੀਂ ਆ ਮੈਂ, ਈਸ਼ਵਰੀ ਨਹੀਂ ਆ ਮੈਂ। ਔਰ ਮੈਂ ਮਕਈ ਬੀਜ ਦੇਵਾਂ ਤੇ ਫਿਰ ਆਖਾਂ ਪ੍ਰਭੂ ਮੇਰੇ ਕੋਲ ਭੁੱਲ ਹੋ ਗਈ ਹੈ, ਚਲੋ ਬੋਈ ਤੇ ਮੈਂ ਮਕਈ ਹੈ, ਪਰ ਤੂੰ ਕਣਕ ਪੈਦਾ ਕਰ ਦੇ। ਰੱਬ ਨੇ ਇਹ ਆਖਣਾ ਨਹੀਂ, ਅਸੀਂ ਆਪਣਾ ਵਿਧਾਨ ਨਹੀਂ ਬਦਲਦੇ। ਸਾਰੀ ਦੁਨੀਆ ਦੇ ਰਾਸ਼ਟਰੀ ਵਿਧਾਨ ਪਤਾ ਨਹੀਂ ਕਿਤਨੀ ਦਫ਼ਾ ਤਰਮੀਮ ਹੋ ਚੁੱਕੇ ਨੇ, ਸੰਸ਼ੋਧਨ ਹੋ ਚੁੱਕੇ। ਸੈਂਕੜੇ ਦਫ਼ਾ ਸਾਡੇ ਦੇਸ਼ ਦੇ ਵਿਧਾਨ ਦੇ ਵਿੱਚ ਅਮੈਂਡਮੈਂਟ ਹੋ ਚੁੱਕੀ ਹੈ, ਵਾਰ ਵਾਰ ਤਬਦੀਲੀ ਕਰਨੀ ਪਈ ਹੈ, ਵਾਰ ਵਾਰ ਸੰਸ਼ੋਧਨ ਕਰਨਾ ਪਿਆ। ਅਤੇ ਜੇ ਰੱਬ ਦੇ ਵਿਧਾਨ ਦੇ ਵਿੱਚ ਵੀ ਸੰਸ਼ੋਧਨ ਕਰਨਾ ਪਵੇ, ਤਰਮੀਮ ਕਰਨੀ ਪਏ, ਅਮੈਂਡਮੈਂਟ ਕਰਨੀ ਪਏ, ਤਾਂ ਇਹਦਾ ਮਤਲਬ ਰੱਬ ਕੋਲੋਂ ਵੀ ਭੁੱਲਾਂ ਹੁੰਦੀਆਂ ਅਤੇ ਗਲਤੀਆਂ ਉਸਨੇ ਵੀ ਕੀਤੀਆਂ ਨਾ। ਵਿਧਾਨ ਉਸਦਾ ਵੀ ਗਲਤ ਹੈ, ਅਟਲ ਵਿਧਾਨ ਹੈ ਔਰ ਅਟਲ ਸੁਲਤਾਨ ਹੈ। ਦੱਦਾ ਦੋਸ ਨਾ ਦੇਉ ਕਾਹੂ, ਦੋਸ ਕਰਮਾ ਆਪਣਿਆਂ। ਸਰੀਰ ਦਾ ਚੋਲਾ ਰੋਜ਼ ਰੋਜ਼ ਛੋਟਾ ਹੋ ਰਿਹਾ, ਕਰਮਾਂ ਦੀ ਫਸਲ ਰੋਜ਼ ਰੋਜ਼ ਵੱਧਦੀ ਜਾ ਰਹੀ ਹੈ, ਝੋਲੀ ਰੋਜ਼ ਰੋਜ਼ ਛੋਟੀ ਆਉਂਦੀ ਜਾ ਰਹੀ ਹੈ, ਬੀਜ ਰੋਜ਼ ਰੋਜ਼ ਵੱਧਦੇ ਜਾ ਰਹੇ ਨੇ,
ਇੱਕ ਦਿਨ ਝੋਲੀ ਮੁੱਕ ਜਾਂਦੀ ਹੈ ਪਰ ਬੋਏ ਬੀਜ ਤੇ ਰਹਿ ਜਾਂਦੇ, ਫਿਰ ਕੱਪੜਾ ਮਿਲਦਾ, ਫਿਰ ਝੋਲਾ ਮਿਲਦਾ। ਕਰਮੀ ਆਵੇ ਕੱਪੜਾ, ਉਹਨਾਂ ਕੀਤੇ ਹੋਏ ਕਰਮਾਂ ਕਰਕੇ ਜੋ ਫਲ ਲੱਗਣ ਤੋਂ ਪਹਿਲੇ ਜੀਵਨ ਸਮਾਪਤ ਹੋ ਗਿਆ, ਫਲ ਖਾਧਾ ਨਹੀਂ, ਉਹਨਾਂ ਕਰਮਾਂ ਨੇ ਫਿਰ ਜਨਮ ਦੇ ਦਿੱਤਾ, ਫਿਰ ਜਨਮ ਦੇ ਦਿੱਤਾ।